ਸੁਣ ਕੇ ਫਿਰ ਸਾਹਿਬ ਸਾਡੇ 'ਤੇ ਕਿਰਪਾ ਕਰਦਿਆਂ ਹੋਇਆਂ, ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਬਖਸ਼ਿਸ਼ ਕਰਦੇ ਨੇ। ਇਹ ਜੀਵਨ, ਇਹ ਜ਼ਿੰਦਗੀ ਕਿਸ ਕਦਰ ਸੁਖਾਲੀ ਬਸਰ ਹੋਣੀ ਆ, ਉਹ ਸੁੱਖ ਪ੍ਰਾਪਤ ਕਰਨ ਵਾਸਤੇ ਗਰੀਬ ਨਵਾਜ਼, ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਗਰੀਬ ਨਵਾਜ਼ ਆਪਣੀ ਜ਼ੁਬਾਨੀ ਪਾਕ ਤੋਂ ਸੋਰਠ ਰਾਗ ਦੇ ਅੰਦਰ ਮੁਬਾਰਕ ਬਚਨ ਬਖਸ਼ਿਸ਼ ਕਰਦੇ ਨੇ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਬਖਸ਼ਿਸ਼ ਕਰਦਿਆਂ ਹੋਇਆਂ ਇਹ ਗੱਲ ਸਮਝਾਉਂਦੇ ਨੇ ਕਿ ਮਨੁੱਖ ਸੰਸਾਰ ਦੇ ਅੰਦਰ ਆਪਣੀ ਮਤ ਦੇ ਦੁਆਰਾ ਬੜੇ ਉਪਰਾਲੇ, ਬੜੇ ਯਤਨ ਕਰਦਾ ਹੈ। ਮੈਨੂੰ ਸੁੱਖ ਪ੍ਰਾਪਤ ਹੋਵੇ, ਸਕੂਨ ਮਿਲੇ, ਮਹਾਰਾਜ ਕਹਿੰਦੇ ਦੇ ਉਪਰਾਲੇ ਨਿਸਫਲ ਜਾਂਦੇ ਨੇ, ਪ੍ਰਾਪਤ ਨਹੀਂ ਹੁੰਦਾ ਸੁੱਖ। ਫਿਰ ਸੱਚੀ ਸਰਕਾਰ ਇਹ ਸੁੱਖ ਮਿਲੇਗਾ ਕਿਵੇਂ, ਪ੍ਰਾਪਤ ਹੋਵੇਗਾ ਕਿਵੇਂ, ਅਗਰ ਸਾਡੀ ਅਕਲ ਨਾਲ, ਸਾਡੀ ਸਿਆਣਪ ਨਾਲ, ਸਾਡੀ ਮੁਸ਼ਕਤ ਨਾਲ ਸੁੱਖ ਨਹੀਂ ਮਿਲ ਰਿਹਾ, ਪ੍ਰਾਪਤ ਨਹੀਂ ਹੋ ਰਿਹਾ। ਸਭੋ ਕੁਝ ਕਰਦਿਆਂ, ਕਰਮ ਧਰਮ ਕਰਦਿਆਂ ਹੋਇਆਂ ਵੀ ਅਸੀਂ ਦੁੱਖਾਂ ਦੇ ਨਾਲ ਜੂਝਦੇ ਪਏ ਹਾਂ ਤਾਂ ਸੁੱਖ ਕਿਵੇਂ ਮਿਲੇਗਾ? ਫਿਰ ਕਿਰਪਾਲੂ ਸਤਿਗੁਰੂ ਕਿਰਪਾ ਦੇ ਘਰ ਵਿੱਚ ਆਉਂਦਿਆਂ ਇਹ ਬਚਨ ਕਰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ। ਗਰੀਬ ਨਵਾਜ਼ ਦਾ ਤਾਰ ਪ੍ਰਭੂ ਗੁਰੂ ਅਰਜਨ ਸਾਹਿਬ ਕਿਰਪਾ ਦੇ ਘਰ ਵਿੱਚ ਆਉਂਦਿਆਂ ਸਾਨੂੰ ਬਖਸ਼ਿਸ਼ ਕਰਦੇ ਨੇ। ਜਿਹੜੇ ਘਰ ਦੇ ਵਿੱਚ ਪਾਪਾਂ ਪੁੰਨਾਂ ਤੋਂ ਪਰੇ ਸ਼ੁੱਧ ਬ੍ਰਹਮ ਵਾਹਿਗੁਰੂ ਚੇਤੇ ਆ ਗਿਆ, ਉਹ ਘਰ ਸੁੱਖ ਨਾਲ ਵੱਸਦਾ ਹੈ। ਨਹੀਂ ਤਾਂ ਬਾਹਰ ਦੀ ਦੌਲਤ ਪਦਾਰਥ ਜਿੰਨੇ ਮਰਜ਼ੀ ਹੋਵਨ, ਜੀਵ ਜਿਹੜੇ ਨੇ ਉਹ ਬੜੇ ਦੁਖੀ, ਬੜੇ ਤਪਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਬੜੇ ਸੁੰਦਰ ਬਚਨ ਕਰਦੇ ਬਾਣੀ ਅੰਦਰ। ਕਿਰਪਾਲੂ ਸਤਿਗੁਰੂ ਕਹਿੰਦੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੁ ਨਾਨਕ ਗੁਰਮੰਤਰ ਦਰਡਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਜਿਹਨੂੰ ਘਰ ਵਿੱਚ ਸੁੱਖ ਮਿਲ ਜਾਵੇ, ਜਿਹਦੇ ਘਰ ਵਿੱਚ ਸੁੱਖ ਹੋਵੇ ਨਾ ਮਨੁੱਖ ਦੇ, ਉਹ ਬਾਹਰ ਗਮਗੀਨ ਸਮਾਗਮ ਦੇ ਵਿੱਚ ਚਲਾ ਜਾਵੇ, ਅਰਥੀ ਦੇ ਨਾਲ ਚਲਾ ਜਾਵੇ। ਤੁਸੀਂ ਦੇਖਿਆ ਜੇ ਉਹਦਾ ਚਿਹਰਾ ਜਿਹੜਾ ਹੱਸੂ ਹੱਸੂ ਕਰੇਗਾ। ਕਈ ਵਾਰ ਉਸ ਬੰਦੇ ਨੂੰ ਕੋਈ ਫੋਨ ਆ ਜਾਵੇ, ਰਿਸ਼ਤੇਦਾਰ ਦਾ ਆ ਜਾਵੇ, ਕਿਸੇ ਮਿੱਤਰ ਦਾ ਆ ਜਾਵੇ, ਉੱਧਰੋਂ ਤਾਂ ਅਰਥੀ ਨੂੰ ਜਾਂ ਦਫਨ ਕਰਨ ਲੱਗੇ ਹੁੰਦੇ ਜਾਂ ਅਗਨ ਦੇਣ ਲੱਗੇ ਹੁੰਦੇ ਨੇ,
ਜਾਂ ਜਲ ਪ੍ਰਵਾਹ ਕਰਨ ਲੱਗੇ ਹੁੰਦੇ ਆ, ਉਹ ਕਈ ਵਾਰ ਮੂਹਰੇ ਵਾਲਾ ਗੱਲ ਐਸੀ ਕਰਦਾ ਹੈ, ਉੱਥੇ ਖੜਾ ਹੀ ਅਰਥੀ ਦੇ ਕੋਲ ਹੱਸੀ ਜਾਂਦਾ ਹੁੰਦਾ ਹੈ, ਕਿਉਂਕਿ ਉਹ ਕਿਸੇ ਦਾ ਦੁੱਖ ਹੈ ਨਾ, ਕਿਸੇ ਦੇ ਘਰ ਦੀ ਮਰਗ ਗਏ ਹੈ, ਉਹ ਕਿਸੇ ਦੇ ਦੀ ਲਾਸ਼ ਹੈ, ਇਸ ਕਰਕੇ ਉਹਦੀ ਆਪਣੀ ਨਹੀਂ ਹੈ। ਆਪਣੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਹ ਇੰਨੇ ਭਿਆਨਕ ਮਰਗ ਦੇ ਸਮਾਗਮ 'ਚ ਆ ਕੇ ਇੱਕ ਸ਼ਬ ਦੇ ਕੋਲ, ਇੱਕ ਲਾਸ਼ ਦੇ ਕੋਲ, ਇੱਕ ਸਰੀਰ ਦੇ ਮੁਰਦਾ ਦੇ ਕੋਲ ਖਲੋ ਕੇ ਵੀ ਮੁਸਕਰਾਉਂਦਾ ਪਿਆ ਹੈ, ਕਿਉਂਕਿ ਉਹ ਬਾਹਰੋਂ ਇੱਕ ਪਰਚੌਣੀ ਕਰਨ ਆਇਆ, ਅੰਦਰ ਉਹਦਾ ਦੁੱਖ ਨਾਲ ਸੰਬੰਧ ਨਹੀਂ ਹੈ। ਦੁੱਖ ਦਾ ਪ੍ਰਗਟਾ ਕਰਨ ਆਇਆ, ਅੰਦਰ ਉਹ ਦੁੱਖ ਨਹੀਂ ਹੈ ਜਿਹੜਾ ਉਹਦੇ ਨਜ਼ਦੀਕੀਆਂ ਨੂੰ ਹੈ, ਪੁੱਤਰਾਂ ਨੂੰ ਹੈ, ਧੀਆਂ ਨੂੰ ਹੈ, ਭੈਣਾਂ ਨੂੰ ਹੈ, ਮਾਂ ਬਾਪ ਨੂੰ ਹੈ, ਉਹ ਦੁੱਖ ਨਹੀਂ ਹੈ ਅੰਦਰ। ਆਪਾਂ ਸਾਰੇ ਹੀ ਜਾਂਦੇ ਹਾਂ, ਆਪਾਂ ਨੂੰ ਵੀ ਤਾਂ ਪਤਾ ਨਾ, ਆਪਾਂ ਕਹਿੰਦੇ ਚੱਲ ਬੈਠ ਕੇ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਦੇ ਕਿਉਂ ਉੱਥੇ ਉਹ ਖੁਸ਼ ਹੋਇਆ ਹੈ, ਉਹਦੇ ਬਾਰੀ ਘਰ ਵਿੱਚ ਸੁੱਖ ਹੈ। ਅਤੇ ਜੇ ਕਿਤੇ ਬੰਦੇ ਦੇ ਬਾਹਰੀ ਘਰ ਵਿੱਚ ਕੋਈ ਘਟਨਾ ਕਰਮ ਹੋਇਆ ਹੋਵੇ ਤਾਂ ਬੜਾ ਦੁਖੀ ਹੋਵੇ ਨਾ, ਘਰੋਂ ਪ੍ਰੋਬਲਮ ਹੋਵੇ ਕੋਈ, ਉਹ ਕਿਸੇ ਹਾਸਰਸ ਸਮਾਗਮ 'ਚ ਚੱਲ ਜੇ, ਉੱਥੇ ਵਾਜੇ ਵੱਜ ਰਹੇ ਹੋਣ, ਸ਼ਹਿਨਾਈਆਂ ਵੱਜ ਰਹੀਆਂ ਹੋਣ, ਭੰਗੜੇ ਗਿੱਧੇ ਪੈ ਰਹੇ ਹੋਣ, ਨਾਚ ਹੋ ਰਿਹਾ ਹੋਵੇ, ਉਹ ਬੰਦੇ ਨੂੰ ਚੰਗਾ ਨਹੀਂ ਲੱਗਦਾ। ਉਹ ਸਾਰੇ ਨੱਚਣ ਟੱਪਣਗੇ ਅਤੇ ਉਹ ਸਿਰ ਸੁੱਟ ਕੇ ਮਾਯੂਸੀ ਦੇ ਆਲਮ ਵਿੱਚ, ਗਮਗੀਨਤਾ ਦੇ ਆਲਮ ਵਿੱਚ ਉਹਦਾ ਚਿਹਰਾ ਮੁਰਝਾਇਆ ਹੋਇਆ ਨਜ਼ਰ ਆਵੇਗਾ। ਅਤੇ ਦੇਖਣ ਵਾਲੇ ਦੋਸਤ ਮਿੱਤਰ ਯਾਰ ਫਿਰ ਉਹਨੂੰ ਕਹਿੰਦੇ, ਉਹ ਫਲਾਨਿਆ ਕੀ ਹੋ ਗਿਆ, ਸਾਰੇ ਨੱਚਦੇ ਟੱਪਦੇ ਕਿੰਨੇ ਖੁਸ਼ ਆ, ਉਹ ਤੂੰ ਐਂ ਕਿਉਂ ਮਾਯੂਸ ਬੈਠਾ, ਕੀ ਹੋ ਗਿਆ, ਸੋ ਐਸੀ ਕੀ ਘਟਨਾ ਕਰਮ ਹੋ ਗਈ, ਤੇਰੇ ਤਾਂ ਚਿਹਰੇ ਦੇ ਉੱਪਰ ਹੀ ਖੁਸ਼ੀ ਨਹੀਂ ਹੈ। ਚਿਹਰਾ ਬੜਾ ਕੁਝ ਦੱਸ ਦਿੰਦਾ ਜੀ, ਅੱਖਾਂ ਬਹੁਤ ਕੁਝ ਦੱਸ ਦਿੰਦੀਆਂ ਨੇ, ਜਿਨ੍ਹਾਂ ਨੂੰ ਮਨੁੱਖ ਪੜ੍ਹਨੇ ਆਉਂਦੇ ਆ ਨਾ, ਕਿਤਾਬਾਂ ਪੜ੍ਹਨੀਆਂ ਬਹੁਤਿਆਂ ਨੂੰ ਆਉਂਦੀਆਂ ਨੇ, ਪਰ ਮਨੁੱਖ ਪੜ੍ਹਨੇ ਬਹੁਤ ਘੱਟ ਨੂੰ ਆਉਂਦੇ ਨੇ। ਜਿਨ੍ਹਾਂ ਨੂੰ ਆਉਂਦੇ ਉਹ ਚਿਹਰਾ ਦੇਖ ਕੇ ਹੀ ਦੱਸ ਦਿੰਦੇ ਆ ਵੀ ਇਹ ਕਿਹੋ ਬੰਦਾ ਹੈ। ਔਰ ਉਹ ਕਹਿੰਦੇ ਵੀ ਤੇਰਾ ਚਿਹਰਾ ਦੱਸਦਾ ਪਿਆ ਹੈ, ਉਹ ਕਹਿੰਦਾ ਕੋਈ ਗੱਲ ਤਾਂ ਕੋਈ ਨਹੀਂ, ਘਰੇ ਥੋੜ੍ਹੀ ਜਿਹੀ ਪ੍ਰੋਬਲਮ ਆ ਤਾਂ ਮੈਂ ਐਂ ਜਿਹਾ। ਇਹਦਾ ਮਤਲਬ ਘਰ ਵਿੱਚ ਦੁੱਖ ਹੈ, ਅਤੇ ਜੇ ਉਹ 20 ਕਿਲੋਮੀਟਰ ਦੂਰ ਗਿਆ, 10 ਕਿਲੋਮੀਟਰ ਦੂਰ ਗਿਆ, 100 ਕਿਲੋਮੀਟਰ ਦੂਰ ਗਿਆ, ਘਰ ਦਾ ਦੁੱਖ ਉੱਥੇ ਵੀ ਸਤਾਉਂਦਾ ਦੁਖੀ ਪਿਆ ਕਰਦਾ ਹੈ, ਉੱਥੇ ਵੀ ਇੰਨੀ ਦੂਰੀ 'ਤੇ। ਘਰ ਦੇ ਵਿੱਚ ਖੁਸ਼ੀ ਆ, ਇੰਨੀ ਦੂਰੀ 'ਤੇ ਤਲਾ ਗਿਆ ਅਤੇ ਉੱਥੇ ਵੀ ਜਾ ਕੇ ਦੁੱਖ ਵਿੱਚ ਜਾ ਕੇ ਵੀ ਉਹ ਖੁਸ਼ ਆ, ਕਿਉਂਕਿ ਉਹਦੇ ਘਰੇ ਖੁਸ਼ੀ ਆ, ਘਰੇ ਕੋਈ ਦੁੱਖ ਨਹੀਂ, ਇੰਨੀ ਦੂਰੀ 'ਤੇ ਵੀ ਉਹ ਨਾਲ ਗਿਆ ਨਾ ਜੀ। ਹੁਣ ਇਹਨੂੰ ਅਗਲਾ ਪਾਸਾ ਨੇੜੇ ਕਰ ਲਓ। ਮਹਾਰਾਜ ਕਹਿੰਦੇ ਘਰ ਸੁੱਖ ਵਸਿਆ, ਇੱਕ ਤਾਂ ਬਾਹਰਲਾ ਘਰ ਆ ਨਾ ਜੀ ਜਿਹਦੇ ਉਹਨਾਂ ਆਪਾਂ ਅਰਥ ਕੀਤੇ, ਇੱਕ ਆ ਹਿਰਦਾ ਘਰ, ਹਿਰਦਾ ਸਾਡਾ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਮਨੁੱਖ ਨੂੰ ਦੇ ਕੋਲ ਅੰਦਰ ਸੁੱਖ ਆ ਨਾ, ਹਿਰਦੇ 'ਚ ਅੰਦਰੋਂ ਸੁਖੀ ਹੈ, ਇਹ ਕਹਿ ਲਓ ਅੰਦਰੋਂ ਉਹਦੇ ਕੋਲ ਖੁਸ਼ੀ ਹੈ, ਅੰਦਰੋਂ ਖੁਸ਼ ਹੈ ਬੜਾ। ਕਈ ਵਾਰ ਬੰਦੇ ਖੁਸ਼ ਉਦੋਂ ਹੁੰਦੇ ਆ ਜਦੋਂ ਕਿਤੇ ਗੁਆਂਢੀ ਦਾ ਨੁਕਸਾਨ ਹੋ ਜਾਏ, ਉੱਤੋਂ ਤਾਂ ਕਹਿਣਗੇ ਬੜਾ ਮਾੜਾ ਹੋਇਆ, ਵਿੱਚੋਂ ਕਹਿਣਗੇ ਚੰਗਾ ਹੋਇਆ, ਤੇਰੀ ਲੱਤ ਟੁੱਟ, ਤੇਰੀ ਬਾਂਹ ਵੀ ਟੁੱਟਦੀ, ਕਚੀਚੀਆਂ ਲਈ ਜਾਣਗੇ ਅੰਦਰੇ। ਮਹਾਰਾਜ ਸਾਹਿਬ ਕਹਿੰਦੇ ਬਈ
ਅੰਦਰੋਂ ਜਿਹੜਾ ਬੰਦਾ ਖੁਸ਼ ਹੈ, ਸੁਖ ਹੈ, ਆਨੰਦ ਹੈ, ਬਾਹਰ ਦੇ ਜਿੰਨੀਆਂ ਮਰਜ਼ੀ ਆਫਤਾਂ ਆ ਜਾਣ ਬਾਹਰ ਦੀਆਂ, ਉਹਨਾਂ ਵਿੱਚ ਹੱਸੂ ਹੱਸੂ ਕਰਦਾ ਰਹਿੰਦਾ ਹੈ। ਨੁਕਸਾਨ ਹੋ ਗਿਆ ਤਾਂ ਵੀ ਕਹਿੰਦਾ ਕੋਈ ਗੱਲ ਨਹੀਂ, ਜੀਵਨ ਹੈਗਾ ਹੋਰ ਕਮਾ ਲਵਾਂਗੇ, ਮਕਾਨ ਟੈ ਗਿਆ ਹੋਰ ਬਣਾ ਲਵਾਂਗੇ, ਵਸਤੂ ਨੁਕਸਾਨੀ ਗਈ ਹੋਰ ਲੈ ਆਵਾਂਗੇ, ਹੱਸੂ ਹੱਸੂ ਕਰਦਾ ਉਹਦੇ ਵਿੱਚੋਂ ਨਿਕਲ ਜਾਂਦਾ। ਜਦੋਂ ਉਹਦੇ ਅੰਦਰ ਗਾਮਿਆਂ ਨਾ ਅੰਦਰ, ਬਾਹਰੋਂ ਜਿਹੜੀ ਮਾੜੀ ਜੀ ਠੋਕਰ ਨਹੀਂ ਸਹਾਰਦਾ, ਕਦੇ ਉਹ ਨਦੀ ਛਾਲ ਮਾਰ ਜਾਂਦਾ ਹੈ, ਕਦੇ ਉਹ ਰੱਸਾ ਲੈ ਕੇ ਕਿਸੇ ਦਰਖਤ ਨਾਲ ਲਟਕ ਜਾਂਦਾ ਹੈ, ਕਦੇ ਕੋਈ ਗੋਲੀ ਗੱਪਾ ਖਾ ਕੇ ਜ਼ਿੰਦਗੀ ਦੀ ਨੂੰ ਮੌਤ ਵਿੱਚ ਬਦਲ ਜਾਂਦਾ ਹੈ। ਕਿਉਂਕਿ ਬੰਦਾ ਅੰਦਰੋਂ ਬੜਾ ਦੁਖੀ ਸੀ, ਘਰ 'ਚੋਂ ਹਿਰਦੇ 'ਚੋਂ, ਤਾਂ ਬਾਹਰੋਂ ਇਹ ਕੁਝ ਕੀਤਾ। ਜਿਹੜਾ ਅੰਦਰੋਂ ਦੁਖੀ ਆ ਨਾ, ਉਹਨੂੰ ਬਾਹਰ ਦੇ ਦੁੱਖ, ਜਿਵੇਂ ਬਾਹਰ ਦੇ ਦੁੱਖ ਬੰਦੇ ਨੂੰ 100 ਕਿਲੋਮੀਟਰ 'ਤੇ ਜਾ ਕੇ ਵੀ ਦੁਖੀ ਨਾ ਕਰ ਸਕੇ, ਕਿਉਂਕਿ ਉਹਦੇ ਘਰ ਵਿੱਚ ਖੁਸ਼ੀ ਸੀ ਅਤੇ ਘਰ ਵਿੱਚ ਖੁਸ਼ੀ ਹੈ, ਉਹ 100 ਕਿਲੋਮੀਟਰ 'ਤੇ ਵੀ ਖੁਸ਼ ਰੱਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੇਰੇ ਘਰ ਹਿਰਦੇ ਦੇ ਵਿੱਚ ਸੁੱਖ ਹੈ, ਤੂੰ ਬਾਹਰ ਵੀ ਸੁੱਖ ਪ੍ਰਗਟ ਕਰ ਲਏਗਾ। ਸੱਜਣਾ ਤੇਰੇ ਹਿਰਦੇ ਵਿੱਚ ਸੁੱਖ ਹੈ ਅਤੇ ਜੇ ਜਿਹੜੀ ਦੁਨੀਆ ਵਿੱਚ ਤੂੰ ਜਾਣਾ, ਇੱਥੇ ਵੀ ਖੁਸ਼ੀ, ਅੱਗੇ ਵੀ ਹੱਸੂ ਹੱਸੂ ਕਰਦਾ ਜਾਵੇਂਗਾ, ਹਾਵੇ ਹੋ ਕੇ ਨਹੀਂ ਮਾਰੇਗਾ, ਦੁਖੀ ਨਹੀਂ ਹੋਵੇਗਾ, ਭੁੱਬਾਂ ਨਹੀਂ ਮਾਰੇਗਾ। ਤੈਨੂੰ ਪਤਾ ਹੋਏਗਾ ਕਿ ਹੁਣ ਅੱਗੇ ਚੱਲਣਾ ਆ ਅਤੇ ਹੱਸੂ ਹੱਸੂ ਕਰਦਾ ਜਾਵੇਂਗਾ। ਅੰਦਰ ਸੁੱਖ ਹੈ ਅਤੇ ਉਹ ਮਿਲਦਾ ਕਿਵੇਂ ਆ? ਪ੍ਰਭੂ ਦੇ ਨਾਮ ਨਾਲ। ਜਦੋਂ ਅਰਜੋਈ ਕੋਈ ਕਰਦਾ ਹੈ ਤਾਂ ਪ੍ਰਭੂ ਉਹਨੂੰ ਨਾਮ ਮੰਤਰ ਦ੍ਰਿੜ ਕਰਵਾ ਦਿੰਦਾ ਹੈ। ਮਹਾਰਾਜ ਕਿਰਪਾ ਕਰਦੇ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਗੁਰੂ ਨੇ ਸੁੱਖ ਦਾ ਮੰਤਰ, ਗੁਰੂ ਨੇ ਮੁਕਤੀ ਦਾ ਮੰਤਰ, ਗੁਰੂ ਨੇ ਆਵਾਗਮਨ ਕੱਟਣ ਵਾਲਾ ਮੰਤਰ, ਗੁਰੂ ਨੇ ਹਿਰਦੇ ਦੇ ਅੰਦਰ ਉਹ ਦ੍ਰਿੜ ਪ੍ਰਪੱਕ ਕਰਵਾ ਦਿੱਤਾ ਹੈ। ਮੰਤਰ ਮੂਲ ਮੰਤਰ, ਮੰਤਰ ਵਾਹਿਗੁਰੂ ਮੰਤਰ, ਬਾਣੀ ਵੀ ਮੰਤਰ। ਅਤੇ ਜਦੋਂ ਮੰਤਰ ਕਹਿੰਦੇ ਹਾਂ ਨਾ, ਉਦੋਂ ਕਈਆਂ ਨੂੰ ਬੜੀ ਤਲਖੀ ਜਿਹੀ ਹੁੰਦੀ ਹੈ, ਉਹਨਾਂ ਦੀ ਲੈ ਦੇ ਕੇ ਸੋਚ ਪਹੁੰਚ ਜਾਂਦੀ ਹੈ। ਜਿਹੜੇ ਜੰਤਰ ਮੰਤਰ ਕਰਦੇ ਨਾ ਜੀ, ਵੀ ਉਹ ਆ ਨਹੀਂ, ਸੰਸਕ੍ਰਿਤ ਆਪਾਂ ਕਹਿੰਦੇ ਹਾਂ ਸ਼ਬਦ ਬੋਲ, ਅਤੇ ਸੰਸਕ੍ਰਿਤ ਦੇ ਵਿੱਚ ਕਹਿੰਦੇ ਆ ਮੰਤਰ, ਇਹ ਮੰਤਰ ਨੇ। ਆਪਾਂ ਸ਼ਬਦਾਂ ਦੀ ਗਿਣਤੀ ਕਰਾਂਗੇ ਉਹ ਮੰਤਰ ਕਹਿਣਗੇ, ਉਹ ਬੋਲ ਨੇ, ਗੁਰੂ ਦੇ ਬੋਲ ਹਿਰਦੇ ਵਿੱਚ ਵੱਸ ਗਏ ਜੀ ਦੇ, ਦ੍ਰਿੜ ਕਰਵਾ ਦਿੱਤੇ, ਪ੍ਰਪੱਕ ਕਰਾ ਦਿੱਤੇ, ਗੁਰੂ ਨੇ ਟਿਕਾ ਦਿੱਤੇ। ਉਹ ਬਾਹਰ ਦੇ ਦੁੱਖਾਂ ਨੂੰ ਦੁੱਖ ਕੋਈ ਨਹੀਂ ਸਮਝਦਾ, ਉਹ ਸੁੱਖ ਵਿੱਚ ਲੈਣੇ। ਮਹਾਰਾਜ ਸਾਹਿਬ ਉਸੇ ਨੂੰ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਬਾਹਰੋਂ ਦੁੱਖ ਆਏ, ਉਹਨਾਂ ਨੂੰ ਦੁੱਖ ਹੀ ਨਹੀਂ ਸਮਝਿਆ ਵੀ ਇਹ ਦੁੱਖ ਨੇ। ਦੁੱਖ ਸਮਝੇ ਤਾਂ ਘਗਿਆਏਗਾ, ਚਾਂਗਰਾ ਮਾਰੇਗਾ, ਰੌਲਾ ਪਾਏਗਾ। ਭਾਈ ਮਤੀ ਦਾਸ ਨੇ ਕਦੋਂ ਇਹ ਬਾਹਰ ਦੇ ਤਨ ਚੀਰੀ ਦੇ ਦੁੱਖ ਨੂੰ ਦੁੱਖ ਸਮਝਿਆ? ਸਤੀ ਦਾਸ ਜੀ ਨੇ ਕਦੋਂ ਤਨ ਰੂਈ ਵਿੱਚ ਸੜਦੇ ਨੂੰ ਦੁੱਖ ਨੂੰ ਦੁੱਖ ਸਮਝਿਆ? ਹੱਸੂ ਹੱਸੂ ਕਰਦਿਆਂ ਦੜ ਜਰ ਗਿਆ ਹੈ। ਭਾਈ ਦਿਆਲਾ ਜੀ ਨੇ ਕਦੋਂ ਦੁੱਖ ਨੂੰ ਦੁੱਖ ਜਾਣਿਆ? ਪਾਣੀ ਵਿੱਚ ਉਬਲਦਾ ਪਿਆ ਹੈ। ਅਤੇ ਜੇ ਉਹ ਦੁੱਖ ਸਮਝਦਾ ਨਾ, ਅੰਦਰ ਉਹਦੇ ਸੁੱਖ ਨਾ ਹੁੰਦਾ, ਉਹਨੂੰ ਪਤਾ ਸੀ ਕਿ ਨਾ ਹੀ ਮੇਰੀ ਖੁਸ਼ੀ, ਨਾ ਹੀ ਮੈਨੂੰ ਮਾਰ ਸਕਦੇ, ਤਨ ਨੂੰ ਇਹ ਕਰ ਸਕਦੇ ਆ, ਅਤੇ ਦੇਗ ਵਿੱਚ ਨਹੀਂ ਸੀ ਉਹ ਬਹਿੰਦਾ, ਚੀਕਾਂ ਮਾਰਦਾ,
ਰੌਲਾ ਪਾਉਂਦਾ, ਪਰ ਉਹਨੇ ਚੋਹ ਨਹੀਂ ਕੀਤੀ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਮੇਰਾ ਗੁਰੂ ਮੇਰੇ ਨਾਲ ਹੈ, ਗੁਰੂ ਦੇ ਬਚਨ ਅੰਦਰ ਨੇ, ਇਹ ਮੈਨੂੰ ਕੱਟ ਨਹੀਂ ਸਕਦੇ, ਚੁਰਾ ਨਹੀਂ ਸਕਦੇ, ਮਾਰ ਨਹੀਂ ਸਕਦੇ, ਡੁਲਾ ਨਹੀਂ ਸਕਦੇ। ਗੁਰੂ ਦਾ ਬਚਨ ਹਿਰਦੇ ਘਰ ਦੇ ਵਿੱਚ ਵਸਿਆ ਹੈ, ਜਿੱਥੇ ਉਹ ਚੇਤੇ ਆ ਜਾਵੇ ਉਹ ਘਰ ਹਿਰਦਾ ਜੀਵ ਵਸਦਾ ਰਸਦਾ ਹੈ, ਨਾਮ ਰਸ ਨਾਲ, ਨਾਮ ਰਸ ਨਾਲ ਭਰ ਜਾਂਦਾ ਹੈ ਹਿਰਦਾ, ਅਤੇ ਸੁੱਖ ਸੁਵਿਧਾਵਾਂ ਉਹਨੂੰ ਪ੍ਰਾਪਤ ਹੁੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸੱਜਣ ਜਿਹੜੇ ਹਿਰਦੇ ਨੂੰ ਪ੍ਰਫੁੱਲਤ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਪ੍ਰਭੂ ਕਿਰਪਾ ਨਾਲ ਭਰੇ ਹੋਏ ਨੇ, ਰਸ ਨਾਲ ਭਰੇ ਹੋਏ ਨੇ, ਉਹ ਰੱਬ ਨਾਲ ਪਿਆਰ ਕਰਨ ਵਾਲੇ, ਉਹਨਾਂ ਨੂੰ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕੇ ਕਹਿੰਦੇ ਸੁੰਦਰ ਮੰਦਰ ਸੈਨਹਿ, ਉਹ ਮਹੱਲ, ਉਹ ਹਿਰਦੇ ਘਰ ਜਿਹੜੇ ਨੇ ਬੜੇ ਸੁੰਦਰ ਨੇ, ਜਿਨ ਮੱਧ ਹਰ ਕੀਰਤਨ ਹੈ, ਜਿਨ੍ਹਾਂ ਦੇ ਮੱਧ ਵਿੱਚ ਪ੍ਰਭੂ ਦੀ ਕੀਰਤੀ ਹੁੰਦੀ। ਬਾਹਰ ਦੇ ਮਹਿਲ ਵੀ, ਬਾਹਰ ਦੇ ਮਕਾਨ ਵੀ, ਜਿੱਥੇ ਪ੍ਰਭੂ ਦਾ ਨਿਤਨੇਮ ਹੋਵੇ, ਪ੍ਰਭੂ ਦੀ ਕੀਰਤੀ ਹੋਵੇ, ਹਿਰਦੇ ਮਕਾਨ, ਹਿਰਦੇ ਘਰ ਵੀ ਜਿੱਥੇ ਪ੍ਰਭੂ ਦੀ ਕੀਰਤੀ ਹੋਵੇ, ਉਹੀ ਸੋਹਣੇ ਨੇ, ਉਹੀ ਸੁੰਦਰ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਪ੍ਰਭੂ ਚੇਤੇ ਨਹੀਂ ਆਇਆ, ਪਰਮਾਤਮਾ ਦਾ ਆਰਾਧਨ ਜਿਸ ਘਰ ਹਿਰਦੇ ਵਿੱਚ ਨਹੀਂ ਹੋਇਆ, ਜਿਹੜੇ ਬਾਹਰ ਦੇ ਘਰ ਵਿੱਚ ਪਰਮਾਤਮਾ ਦਾ ਚਿੰਤਨ ਨਹੀਂ ਕੀਤਾ ਗਿਆ, ਸਿਮਰਨ ਨਹੀਂ ਕੀਤਾ ਗਿਆ, ਨਿਤਨੇਮ ਨਹੀਂ ਹੋਇਆ, ਬਾਣੀ ਨਹੀਂ ਉੱਥੇ ਪੜ੍ਹੀ ਸੁਣੀ ਗਈ, ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਜਾ ਘਰ ਸਾਧਨਾ ਸੇਵੀਐ ਹੈ, ਹਰ ਕੀ ਸੇਵਾ ਨਾ ਹੈ। ਜਿਹੜੇ ਘਰ ਵਿੱਚ ਬਾਹਰੀ ਤੌਰ 'ਤੇ ਵੀ ਰੱਬ ਦੇ ਬੰਦਗੀ ਕਰਨ ਵਾਲਾ, ਰੱਬ ਦੇ ਮਾਰਗ 'ਤੇ ਚੱਲਿਆ ਹੋਇਆ, ਤਨ ਨੂੰ ਸਾਧਨ ਵਾਲਾ, ਮਨ ਨੂੰ ਸਾਧਨ ਵਾਲਾ, ਖਿਆਲਾਂ ਨੂੰ ਸਾਧਨ ਵਾਲਾ, ਉਹਦੀ ਸੇਵਾ ਨਹੀਂ ਹੋਈ, ਨਾਲ ਹੀ ਹਰ ਕੀ ਸੇਵਾ ਨਾ ਹੈ, ਅਤੇ ਨਾ ਹੀ ਵਾਹਿਗੁਰੂ ਦਾ ਸਿਮਰਨ ਹੈ, ਨਾ ਹੀ ਵਾਹਿਗੁਰੂ ਦੀ ਸੇਵਾ ਹੈ ਜਿਹੜੇ ਘਰਾਂ ਦੇ ਵਿੱਚ। ਅਤੇ ਘਰ ਉਹ ਜਿਹੜੇ ਫਿਰ ਘਰ ਨੇ ਜਿੱਥੇ ਸਾਧੂ ਦਾ ਵੀ, ਗੁਰਸਿੱਖ ਦਾ ਵੀ ਅਪਮਾਨ ਹੈ, ਅਤੇ ਰੱਬ ਦੇ ਲਈ ਵੀ ਪਤਾ ਨਹੀਂ ਕੀ ਕੁਝ ਊਲ ਜਲੂਲ ਬੋਲੀ ਜਾਂਦੇ ਨੇ। ਮਹਾਰਾਜ ਕਹਿੰਦੇ ਤੇ ਘਰ, ਉਹ ਘਰ ਮਰਹੱਠ, ਮਰਹੱਠ ਕਹਿੰਦੇ ਨੇ ਸ਼ਮਸ਼ਾਨ ਭੂਮੀ ਨੂੰ, ਮਰਹੱਠ ਸਾਰਖੇ, ਸਾਰਖੇ ਮੈਂ ਉਹਨਾਂ ਦਾ ਉੱਤਰਾਂ ਦੇ, ਜਿਵੇਂ ਸ਼ਮਸ਼ਾਨ ਭੂਮੀ ਆ, ਉਹ ਵਸਦੇ ਘਰ ਵੀ ਸ਼ਮਸ਼ਾਨ ਘਾਟ ਵਰਗੇ ਨੇ, ਅਤੇ ਉਹਨਾਂ ਸ਼ਮਸ਼ਾਨ ਘਾਟਾਂ ਵਿੱਚ ਹੁੰਦਾ ਕੀ ਹੈ, ਮੁਰਦੇ ਫੂਕੇ ਜਾਂਦੇ, ਉੱਥੇ ਲੋਕਾਂ ਦਾ ਖਿਆਲ ਹੈ, ਭੂਤਾਂ ਨੇ। ਮਹਾਰਾਜ ਕਹਿੰਦੇ ਜਿਹਨਾਂ ਘਰਾਂ ਵਿੱਚ ਰੱਬ ਚੇਤੇ ਨਹੀਂ ਆਉਂਦਾ, ਉਹਨਾਂ ਘਰਾਂ ਵਿੱਚ ਵਸਣ ਵਾਲੇ ਜਿਹੜੇ ਜੀਵ ਆ ਨਾ, ਮਹਾਰਾਜ ਕਬੀਰ ਸਾਹਿਬ ਕਹਿੰਦੇ ਭੂਤ ਵਸੈ ਤਿੰਨ ਮਾਹੇ, ਉੱਥੇ ਰਹਿਣ ਵਾਲੇ ਭੂਤਾਂ ਹੀ ਨੇ, ਪਤਾ ਨਹੀਂ ਕਿਹਨੂੰ ਚਿੰਬੜ ਜਾਣ, ਕਿਹਦਾ ਖੇੜਾ ਛੱਡਣਾ ਇਹਨਾਂ ਨੇ। ਆਪਾਂ ਕਹਿੰਦੇ ਨਾ ਫਲਾਨਾ ਚਿੰਬੜ ਗਿਆ ਨਾ, ਅਤੇ ਇਹਦੇ ਤੋਂ ਪਾਸਾ ਹੀ ਵੱਟ ਲਓ, ਇਹਨੇ ਖਹਿੜਾ ਨਹੀਂ ਜੇ ਛੱਡਣਾ। ਮਹਾਰਾਜ ਕਬੀਰ ਸਾਹਿਬ ਕਹਿੰਦੇ ਉਹ ਘਰ ਜਿਹੜੇ ਘਰਾਂ 'ਚ ਬਾਣੀ ਨਹੀਂ ਪੜ੍ਹੀ ਜਾਂਦੀ, ਪ੍ਰਭੂ ਦਾ ਕੀਰਤਨ ਨਹੀਂ ਸੁਣਿਆ ਕੀਤਾ ਜਾਂਦਾ, ਪ੍ਰਭੂ ਦਾ ਨਿਤਨੇਮ ਨਹੀਂ ਹੁੰਦਾ, ਦੋ ਸਮੇਂ ਬੰਦਗੀ ਨਹੀਂ ਹੁੰਦੀ,
ਕਹਿੰਦੇ ਉਹ ਘਰ ਸ਼ਮਸ਼ਾਨ ਭੂਮੀ ਵਰਗੇ ਨੇ ਅਤੇ ਉਹਨਾਂ ਘਰਾਂ ਦੇ ਵਿੱਚ ਵਸਣ ਵਾਲੇ ਭੂਤ ਨੇ। ਉਹਨਾਂ ਘਰਾਂ 'ਚ ਸੁੱਖ ਕਿੱਥੇ? ਜਿੱਥੇ ਨਾਮ ਨਹੀਂ ਉੱਥੇ ਪ੍ਰਭੂ ਦੀ ਨਦਰ ਨਹੀਂ। ਮਹਾਰਾਜ ਕਬੀਰ ਸਾਹਿਬ ਕਹਿੰਦੇ ਇੱਕ ਪਾਸੇ ਮਹੱਲ ਐਸੇ ਨੇ ਸ਼ਮਸ਼ਾਨ ਭੂਮੀ ਵਰਗੇ ਨੇ ਅਤੇ ਦੂਜੇ ਪਾਸੇ ਕਹਿੰਦੇ ਇੱਕ ਨਾਮ ਜਪਣ ਵਾਲਾ ਫਕੀਰ ਬੰਦਗੀ ਵਾਲਾ ਸਾਧੂ ਗੁਰਸਿੱਖ ਪਿਆਰਾ ਹੈ ਉਹਦੇ ਕੋਲ ਬਾਹਰ ਦਾ ਬਹੁਤਾ ਧਨ ਤਾਂ ਨਹੀਂ। ਉਹਨੇ ਕੱਖ ਕੰਡਾ ਜਿਹਾ ਇਕੱਠਾ ਕੀਤਾ ਅਤੇ ਇੱਕ ਝੁੱਗੀ ਬਣਾ ਕੇ ਬੈਠ ਗਿਆ, ਝੌਂਪੜੀ ਬਣਾ ਕੇ ਬੈਠ ਗਿਆ, ਛਪਰੀ ਬਣਾ ਕੇ, ਛੰਨ ਬਣਾ ਕੇ ਬੈਠ ਗਿਆ। ਕਹਿਣ ਲੱਗੇ ਉਹ ਰੱਬ ਦਾ ਪਿਆਰਾ ਉੱਥੇ ਬੰਦਗੀ ਕਰਦਾ ਹੈ ਇੱਕ ਵੱਡੇ ਮਹਿਲ ਨਾਲੋਂ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਉਹ ਪ੍ਰਭੂ ਦੇ ਪਿਆਰੇ ਦੀ ਝੁੱਗੀ ਝੌਂਪੜੀ ਭਲੀ ਹੈ। ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਸੰਤਨ ਕੇ ਝੁੱਗੀਆਂ ਭਲੀ, ਉਹ ਝੁੱਗੀਆਂ ਭਲੀਆਂ ਚੰਗੀਆਂ ਨੇ, ਛੰਨਾਂ ਚੰਗੀਆਂ ਨੇ। ਭੱਠ ਕੁਸੱਤੀ ਗਾਓ ਗਾਓ ਮੈਂ ਇਹਨਾਂ ਦਾ ਗਾਓ ਨਗਰ ਕਹਿੰਦੇ ਉਹ